ਕਹਿੰਦਾ ਨਾ ਜਿਹੜੇ ਮੇਰੇ ਵਕੀਲ ਆ ਜਿਨ੍ਹਾਂ ਨੇ ਇਹਨਾਂ ਦੀ ਜਿੱਤ ਤਾਂ ਮੇਰੀ ਨੀ ਹੈਗੀ, ਇਹਨਾਂ ਨੇ ਮਿਹਨਤ ਕੀਤੀ ਆ। ਵੱਡੀ ਗੱਲ ਇਹਨਾਂ ਨੇ ਮੈਥੋਂ ਅੱਜ ਤੱਕ ਇੱਕ ਰੁਪਇਆ ਵੀ ਫੀਸ ਦਾ ਨਹੀਂ ਲਿਆ। ਮੇਰੇ ਲਈ ਇਹ ਬਹੁਤ ਵੱਡੀ ਪ੍ਰਾਪਤੀ ਆ ਵੀ ਇਹੀ ਰੱਬੀ ਰੂਹਾਂ ਮੇਰੇ ਲਈ। ਉਹਨਾਂ ਨੇ ਕੋਰਟ ਦੇ ਵਿੱਚ ਵੀ ਆਪਣੀ ਲੜਾਈ ਲੜੀ ਆ, ਪਰਸਨਲੀ ਇਹਨਾਂ ਨੇ ਦਿਲੋਂ ਇਹ ਚੀਜ਼ ਕਹੀ ਸੀ ਵੀ ਤੇਰੀ ਹਾਰ ਸਾਡੀ ਹਾਰ ਆ, ਵੀ ਜਿੱਥੋਂ ਤੱਕ ਸਾਡਾ ਜ਼ੋਰ ਲੱਗੂਗਾ ਅਸੀਂ ਹਨਾ ਇਹ ਲੜਾਈ ਲੜਾਂਗੇ, ਪਰ ਇਹ ਜਿੱਤ ਦਾ ਸਿਰ ਇਹਨਾਂ ਨੂੰ ਜਾਂਦਾ ਜੀ ਪਹਿਲਾਂ। ਪਰ ਮੈਂ ਗੱਲ ਕਹੂੰਗਾ ਰੱਬ ਉਹਨਾਂ ਦਾ ਵੀ ਭਲਾ ਕਰੇ, ਉਹਨਾਂ ਦਾ ਵੀ ਕੰਮ ਚੱਲੇ, ਉਹਨਾਂ ਦਾ ਮੇਰੇ ਵੱਲੋਂ ਧਿਆਨ ਹਟੇ, ਕਿਉਂਕਿ ਹਰ ਟਾਈਮ ਉਹਨਾਂ ਦਾ ਮੇਰੇ ਵੱਲ ਹੀ ਖਿਆਲ ਰਹਿੰਦਾ ਵੀ ਇਹਦਾ ਵਿਗਾੜਨਾ ਕਿਵੇਂ ਆ ਜਾਂ ਇਹਦੀ ਬੇਇੱਜ਼ਤੀ ਕਿਵੇਂ ਕਰਨੀ ਲੋਕਾਂ 'ਚ। ਸੋ ਮਾਲਕ ਉਹਨਾਂ ਦਾ ਵੀ ਭਲਾ ਕਰੇ। ਜਦੋਂ ਮੈਨੂੰ ਗਰਿਆਲ ਸਾਹਿਬ ਨੇ ਤੇ ਬਾਈ ਜੀ ਨੇ ਦੱਸਿਆ ਵੀ ਆਪਾਂ ਨੂੰ ਇਹ ਆਰਡਰ ਹੋ ਗਿਆ, ਮੈਂ ਇਹਨਾਂ ਨੂੰ ਮਿਲ ਕੇ ਮੈਂ ਫਿਰ ਪਹਿਲਾਂ ਦਰਬਾਰ ਸਾਹਿਬ ਗਿਆ ਮੱਥਾ ਟੇਕਣਾ, ਹਨਾ ਕਲਗੀਧਰ ਪਾਤਸ਼ਾਹ ਨੇ ਗੁਰੂ ਨਾਨਕ ਦੇਵ ਜੀ ਨੇ ਮੇਰੀ ਇੱਜ਼ਤ ਰੱਖੀ ਹੈ ਗਰੀਬ ਦੀ, ਫਿਰ ਉਹ ਚੀਜ਼ਾਂ ਨੂੰ ਭੁੱਲਣਾ ਨਹੀਂ ਚਾਹੀਦਾ। ਪਹਿਲਾਂ ਮੈਂ ਉੱਥੇ ਨਤਮਸਤਕ ਹੋਇਆ ਜਾ ਕੇ, ਉਸ ਤੋਂ ਬਾਅਦ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਦੋਸਤਾਂ ਮਿੱਤਰਾਂ ਨੂੰ ਦੱਸਿਆ ਵੀ ਆਪਾਂ ਨੂੰ ਸਟੇਜ ਮਿਲ ਗਿਆ। ਜਦੋਂ ਲੋਕ ਬੁਲਾ ਲੈਣਗੇ ਜੀ ਗਰਿਆਲ ਸਾਹਿਬ ਕਹਿ ਕੇ ਤੁਹਾਡੇ ਆ ਵੀ ਆਪਣਾ ਹੁਣ ਕੋਈ ਪਾਬੰਦੀ ਨਹੀਂ ਹੈ, ਹਨਾ ਤੇ ਆਪਾਂ ਪਹਿਲਾਂ ਵੀ ਹਲੀਮੀ 'ਚ ਸੀਗੇ ਹੁਣ ਵੀ ਆ, ਜਿਵੇਂ ਜਿਵੇਂ ਲੋਕ ਪਿਆਰ ਕਰਦੇ ਰਹਿਣਗੇ ਬਈ ਉੱਥੇ ਉੱਤੇ ਪਹੁੰਚਾਂਗੇ। ਮਸਲਾ ਇਹ ਹੈ ਵੀ ਇੱਕ ਇੰਦਰਜੀਤ ਸਿੰਘ ਇੰਦੀ ਬਲਿੰਗ ਨਾਮ ਦਾ ਬੰਦਾ ਪ੍ਰਮੋਟਰ ਹੈ, ਗਾਣਿਆਂ ਨੂੰ ਸਿੰਗਰਸ ਨੂੰ ਨਵਿਆਂ ਨੂੰ ਪ੍ਰਮੋਟ ਕਰਦਾ, ਉਹਦੇ ਇਹਨੂੰ ਵੀ ਪ੍ਰਮੋਟ ਕੀਤਾ ਸੀ। ਹਸਨ ਖਾਨ ਹੈ, ਹਸਨ ਮਾਨਕ ਹੈ, ਇਹ ਸਿੰਗਰ ਹੈ, ਇਹਨੂੰ ਪ੍ਰਮੋਟ ਕੀਤਾ। ਇਹਨਾਂ ਦਾ ਕੋਈ ਐਗਰੀਮੈਂਟ ਦਾ ਕੋਈ ਡਿਸਪਿਊਟ ਹੋਇਆ, ਕਿਉਂਕਿ ਜਦੋਂ ਕੋਈ ਐਗਰੀਮੈਂਟ ਹੁੰਦਾ ਉਹਦੇ ਵਿੱਚ ਦੋਨੋਂ ਧਿਰਾਂ ਇਕੁਅਲੀ ਜ਼ਿੰਮੇਵਾਰ ਹੁੰਦੀਆਂ ਨੇ, ਜਿਹੜੀਆਂ ਸ਼ਰਤਾਂ ਦੋਨਾਂ ਦੀਆਂ ਮਿਊਚੁਅਲ ਸੈਟਲਮੈਂਟ ਹੁੰਦੀ ਹੈ ਸ਼ਰਤਾਂ ਦੀ, ਉਹ ਸ਼ਰਤਾਂ ਨੂੰ ਲੈ ਕੇ ਕੋਈ ਡਿਸਪਿਊਟ ਪੈਦਾ ਹੋਇਆ ਤੇ ਉਹਨੇ ਇੱਕ ਦਾਅਵਾ ਕੀਤਾ ਸੀ ਇਹਦੇ ਖਿਲਾਫ ਪਰਮਾਨੈਂਟ ਇੰਜੰਕਸ਼ਨ ਦਾ, ਇੰਦਰ ਇਹਦੇ ਹਸਨ ਖਾਨ ਦੇ ਉੱਤੇ ਸਟੇ ਲੈਣ ਦਾ ਕਿ ਇਹ ਮੇਰੇ ਤੋਂ ਇਲਾਵਾ ਕਿਸੇ ਹੋਰ ਦੇ ਨਾਲ ਪਰਫੋਰਮ ਨਾ ਕਰੇ ਤੇ ਮੇਰੇ ਨਾਲ ਹੀ ਕਰਾਰ ਦੇ ਵਿੱਚ ਮੇਰੇ ਨਾਲ ਰਹੇ, ਸਿਰਫ ਮੇਰੇ ਲਈ ਗਾਣੇ ਗਾਵੇ, ਕਿਸੇ ਹੋਰ ਨਾਲ ਨਾ ਕਰੇ। ਉਸ ਐਗਰੀਮੈਂਟ ਦੇ ਵਿੱਚ ਕਾਫੀ ਸ਼ਰਤਾਂ ਮਿਊਚੁਅਲੀ ਸੈਟਲਮੈਂਟ ਹੁੰਦੀ ਹੈ ਜਿਵੇਂ ਆਮ ਐਗਰੀਮੈਂਟਾਂ ਦੇ ਵਿੱਚ ਕਰਾਰਾਂ ਦੇ ਵਿੱਚ ਹੁੰਦੀ ਹੈ। ਇੱਕ ਸ਼ਰਤ ਇਹ ਸੀ ਵੀ ਜਿੰਨਾ ਵੀ ਖਰਚਾ ਹੋਊਗਾ ਇਹਦੇ ਬੈਂਡ ਦਾ ਆਉਣ ਦਾ ਜਾਣ ਦਾ ਸਾਰਾ ਕੱਟ ਕੇ ਜਿਹੜਾ ਪ੍ਰੋਫਿਟ ਆ 60-40 ਦੀ ਰੇਸ਼ੋ ਦੇ ਵਿੱਚ ਸ਼ੇਅਰ ਹੋਊਗਾ, 60% ਇੰਦਰਜੀਤ ਸਿੰਘ ਦਾ ਤੇ 40 ਇਹਨੂੰ ਮਿਲਣਾ ਸੀ। ਉਹ 60-40 ਦੀ ਰੇਸ਼ੋ ਦੇ ਵਿੱਚ ਜਿਹੜਾ ਐਗਰੀਮੈਂਟ ਹੋਇਆ ਸੀਗਾ ਉਹ ਉਹਨੇ ਆਪ ਪਰਫੋਰਮ ਨਹੀਂ ਕੀਤਾ, ਖਰਚੇ ਪੇਮੈਂਟਾਂ ਦਾ ਡਿਸਪਿਊਟ ਪੈ ਗਿਆ, ਇਹਨੂੰ ਪੇਮੈਂਟਾਂ ਨਹੀਂ ਹੋਈਆਂ ਤੇ ਦਾਅਵਾ ਹੋ ਗਿਆ। ਸਾਨੂੰ ਨੋਟਿਸ ਆਇਆ, ਅਸੀਂ ਪੇਸ਼ ਹੋਏ, ਪੇਸ਼ ਹੋ ਕੇ ਜਦੋਂ ਅਸੀਂ ਆਪਣੇ ਤੱਥ ਜੱਜ ਸਾਹਿਬ ਦੇ ਸਾਹਮਣੇ ਰੱਖੇ ਵੀ ਜਨਾਬ ਐਗਰੀਮੈਂਟ ਤਾਂ ਇਹਨੇ ਪੂਰਾ ਨਹੀਂ ਕੀਤਾ, ਫਿਰ ਜੱਜ ਸਾਹਿਬ ਨੇ ਸਾਡੀ ਬਹਿਸ ਸੁਣਦੇ ਹੋਏ, ਦਲੀਲਾਂ ਸੁਣਦੇ ਹੋਏ ਇੱਕ ਜਿਹੜਾ ਸਟੇ ਐਪਲੀਕੇਸ਼ਨ ਸੀ 39-1-2 ਦੀ ਅਰਜੀ ਉਹ 22-8-2023 ਨੂੰ ਇੰਦਰਜੀਤ ਦੀ ਖਾਰਜ ਕਰਤੀ ਤੇ ਸਟੇ ਉਹਦਾ ਖਾਰਜ ਕਰਤਾ ਵੀ ਇਹਦਾ ਬਣਦਾ ਨਹੀਂ, ਕਿਉਂ ਇਹ ਹੋਲਡ ਕੀਤਾ ਜੱਜ ਸਾਹਿਬ ਨੇ ਇਸ ਜੱਜਮੈਂਟ ਦੇ ਵਿੱਚ। ਜਿਹੜੀਆਂ ਗੱਲਾਂ ਅਸੀਂ ਆਪਣੇ ਜਵਾਬ ਦਾਅਵੇ ਦੇ ਵਿੱਚ ਲਿਖੀਆਂ ਸੀਗੀਆਂ ਉਹ ਸਾਰੀਆਂ ਗੱਲਾਂ ਸਾਡੀਆਂ ਸੱਚ ਮੰਨ ਕੇ ਹੋਲਡ ਕਰਕੇ ਉਹਦੇ ਡਾਕੂਮੈਂਟਸ ਤੋਂ ਸਾਰੀਆਂ ਗੱਲਾਂ ਦਾ ਪਤਾ ਕਰਕੇ ਉਹ ਸੱਚ ਸਾਹਮਣੇ ਆਇਆ ਤੇ ਅੰਤ ਸੱਚਾਈ ਦੀ ਜਿੱਤ ਹੋਈ। ਸਟੇ ਐਪਲੀਕੇਸ਼ਨ ਇਹ ਸਾਡੀ ਫੇਵਰ ਦੇ ਵਿੱਚ ਹੋਈ ਤੇ ਇੰਦਰਜੀਤ ਦੇ ਉਲਟ ਇਹ ਖਾਰਜ ਕੀਤੀ ਗਈ। ਹੁਣ ਇਹ ਫ੍ਰੀ ਆ ਇੰਦਰਜੀਤ ਹਸਨ ਖਾਨ, ਜਿੱਥੇ ਮਰਜ਼ੀ ਆਪਣੇ ਗਾਣੇ ਲਾਵੇ, ਜਿੱਥੇ ਮਰਜ਼ੀ ਆਪਣਾ ਸ਼ੋਅ ਕਰੇ, ਕੋਈ ਬੰਦਿਸ਼ ਨਹੀਂ। ਤੇ ਇਹ ਆਰਡਰ 22-8-2023 ਨੂੰ ਹੋਇਆ। ਇਸ ਦੌਰਾਨ ਦਾਅਵੇ ਚੱਲਦੇ ਦੇ ਦੌਰਾਨ ਰਾਜ਼ੀਨਾਮੇ ਦੀ ਵੀ ਕਾਫੀ ਕੋਸ਼ਿਸ਼ ਕੀਤੀ ਗਈ ਵੀ ਚਲੋ ਡਿਸਪਿਊਟ ਹੈ, ਇੰਡਸਟਰੀ ਹੈ, ਜੇ ਐਮੀਕੇਬਲੀ ਸੈਟਲ ਹੋ ਜਾਵੇ ਤਾਂ ਉਹਦੇ ਵਰਗੀ ਰੀਸ ਨੇ, ਬਟ ਉਹ ਕਿਸੇ ਗੱਲ ਦੇ ਉੱਤੇ ਨਹੀਂ ਸਿਰੇ ਚਾੜੀ ਉਹਨਾਂ ਨੇ ਨਹੀਂ ਖੜੇ। ਅਲਟੀਮੇਟਲੀ ਫਿਰ ਅਸੀਂ ਬਹਿਸ ਕੀਤੀ ਤੇ ਜੱਜ ਸਾਹਿਬ ਨੇ 22-8-2023 ਨੂੰ ਸਟੇ ਐਪਲੀਕੇਸ਼ਨ ਖਾਰਜ ਕਰ ਅਦਰ ਪਾਰਟੀ ਨੇ ਸਰ ਕੀ ਦਲੀਲਾਂ ਦਿੱਤੀਆਂ ਸੀ ਕਿਸ ਬੇਸ ਤੇ ਇਹ ਕੇਸ ਜਿਹੜਾ ਕੀਤਾ ਸੀ ਉਹਨਾਂ ਨੇ? ਦਲੀਲ ਉਹਦੀ ਇਹੀ ਸੀ ਵੀ ਮੈਂ ਤਾਂ ਸਾਰੇ ਪੈਸੇ ਲਾਈ ਜਾਂਦਾ ਜੀ ਇਹਦੇ ਤੇ, ਮੈਂ ਇਹਦੇ ਤੇ ਖਰਚਾ ਵੀ ਕਰੀ ਜਾਂਦਾ ਜੀ, ਪਰ ਇਹ ਕਰਾਰਾਂ ਦੇ ਉੱਤੇ ਪੂਰਾ ਨਹੀਂ ਉਤਰਦਾ ਜੀ, ਤੇ ਮੈਂ ਖਰਚਾ ਵੀ ਜਿਹੜੀ ਮੇਰੀ ਕੰਟਰੈਕਟ ਦਾ ਜਿਹੜਾ ਮੇਰਾ ਪਾਰਟ ਸੀਗਾ, ਜਿਹੜੇ ਮੈਂ ਇਹਨੂੰ 40% ਸ਼ੇਅਰ ਦੇਣਾ ਸੀਗਾ ਉਹ ਮੈਂ ਸਾਰਾ ਇਹਨੂੰ ਦੇਤਾ। ਕੁਛ ਉਹਨੇ ਟ੍ਰਾਂਜੈਕਸ਼ਨਾਂ ਵੀ ਲਾਈਆਂ, ਪਰ ਕਹਿੰਦੇ ਆ ਵੀ ਸੱਚ ਕਦੇ ਲੁਕਿਆ ਨਹੀਂ ਰਹਿੰਦਾ ਹੁੰਦਾ, ਪੜ੍ਹੇ ਲਿਖੇ ਨੂੰ ਫਾਰਸੀ, ਹੱਥ ਕੰਗਣ ਨੂੰ ਆਰਸੀ। ਉਹਦੇ ਸਾਰਾ ਜਦੋਂ ਅਸੀਂ ਇੱਕ ਐਪਲੀਕੇਸ਼ਨ ਦਿੱਤੀ ਵੀ ਇਹ ਜਾਂ ਗੱਲਾਂ ਮੰਨੇ ਐਡਮਿਸ਼ਨ ਡਿਨਾਇਲ ਦੀ ਇੰਟੈਰੋਗੇਟਰੀਆਂ, ਉਹਦੇ ਵਿੱਚ ਗੱਲ ਉੱਭਰ ਕੇ ਸਾਹਮਣੇ ਆਈ, ਕਿਉਂ ਉਸ ਅਰਜ਼ੀ ਦਾ ਜਵਾਬ ਐਫੀਡੈਵਿਟ ਰਾਹੀਂ ਦੇਣਾ ਪੈਂਦਾ। ਜੇ ਐਫੀਡੈਵਿਟ ਹੀ ਝੂਠਾ ਦੇ ਤਾ ਫਿਰ ਤੁਹਾਡੇ
कोर्ट वालों भी कार्रवाई हो सकती है। उस एफीडेविट के गल उभर के सामने आई, सिर्फ ते सिर्फ 8 ट्रांजैक्शन उन्हें शो कीतियां इनू गूगल पे दी, बहुत छोटी जी अमाउंट शो ओदे विच उन्हें लिखे 17-18 गाने लिखे 17-18 ते ओ फिर सच सामने आ गया जिहड़े 17-18 गाने ने शो ने उन्हां तो किन्ना प्रॉफिट होया, किन्नी उन्हां दी बुकिंग अमाउंट सी, किन्नियां टिकटां, किन्ना खर्चा होया, किन्ना प्रॉफिट होया, ये गल्लां सारियां उन्हें कंसील कीतियां। क्यों? दसण नूं कुछ है ही नहीं सी, प्रॉफिट सीगा, जे प्रॉफिट दसदा सी पूरा फिर बहुत ज्यादा शेयर देना पैना सी। इस करके वह सारिया चीज़ा जज साहब ने अपना सारा पढ़ के समझ के साड़ी आर्गूमेंट नूं एप्रीशिएट करके ये एप्लीकेशन डिसमिस की है। हुण केस अगे एविडेंस ते लाया, देखो की एविडेंस लैके आउंदे ने उन्हां ते। मैं पहला तो जी धन्नवाद करना चाहूंगा सच्चे पातशाह दा जिन्हें गरीब की इज्जत रखी है। दूजा मैं धन्नवाद इन्हां दा करदा, यह रूहां मैनूं मिलियां जी सरदार पतविंदर सिंह जी गरेवाल साहब, भाई अमृतपाल सिंह जी इत्थे ना जिहड़े मेरे वकील है, जिन्हां ने इन्हां दी जित्त आ मेरी नहीं हैगी, इन्हां ने मेहनत कीती है। वड्डी गल इन्हां ने मैं इत्थों अज तक एक रुपया भी फीस दा नहीं लिया, मेरे लिए यह बहुत वड्डी प्राप्ति है भी इहो रब्बी रूहां मेरे लिए। उन्होंने कोर्ट के अपनी लड़ाई लड़ी है, परसनली इन्होंने दिलों यह चीज़ कही भी तेरी हार साड़ी हार आ, भी जितों तक साडा जोर लगेगा असी है ना ये लड़ाई लड़ांगे, पर यह जित का सिर इन्हों जाता जी पहला मैंने बाद। साडे गरेवाल साहब मेरे मापिया के समान है, मेरे बड़े भाई जी आ थिंद साहब, सो मैं बाकी होर भी जिन्हें साडे भरा साडे सारी टीम है जी, मैं उन्हों का भी धन्यवाद करदा। तो बाकी यह होंगे जी मैं सबर रखे, इन्होंने कहा कि तू टेंशन नहीं लैनी, जो मैं कहते रहे मैं करता रहा। गुस्सा हर बंदे नूं आउंदा है ना, हरेक बंदे दे अंदर भावना होंदी है, खुशी वेले आपां खुश होकर रौला पाउने, गुस्से च आपां है ना उस थोड़ी जी स्थिति च चले जाने, बंदे नूं अपने आप ते काबू नहीं रहिंदा। उस टाइम भी मैनूं समझाउंदे रहे आ भी तू कोई नहीं चिंता ना कर, जे आपां सच्चे आ भी अपनी जित होगी, पर मैं एक गल कहूंगा रब उन्हां दा भी भला करे, उन्हां दा भी कम चले, उन्हां दा मेरे वालों ध्यान हटे, क्योंकि हर टाइम उन्हां दा मेरे वाल ही ख्याल रहिंदा भी इहदा बिगाड़ना किवें आ जां इहदी बेइज्जती किवें करनी है लोकां च। सो मालक उन्हां दा भी भला करे। दुबारा फिर मैं माणयोग अदालत दा, जज साहब दा, साडे गरेवाल साहब बहुत मेरे सत्कारयोग आ, मेरे मापिया समान है, भाई थिंद साहब, होर भी जिन्हें मेरे वकील साहब भरा मेरे जिहड़े साडे नाल टीम च रहे आ, मैं उन्हां दा भी हत्थ जोड़ के धन्नवाद करदा जी। यह नवंबर तो चल रहा जी, लिखा की है। मैं मेरे मामा जी का बेटा रहिंदा संधवी, असी तो पीता बाई कह दिंदे हां ना, ते अमरप्रीत सिंह पीता संधू आ, उन्हां दे दोस्त सीगे बाई नवदीप सिंह बराड़, लॉयर सीगे उत्थे, ओह असीं उत्थे चले गए, उन्होंने मैं पढ़ाया, उन्होंने फिर बाई जी नाल मुलाकात की थिंद साहब नाल, फिर इन्हों असीं बेनती की गरेवाल साहब नूं है ना भी तुसीं बहुत सत्कारयोग आ, तुहाडे कोले एक्सपीरियंस है इस चीज़ का भी तुसीं जरूर इहनूं एक बारी देखो है ना। पर बई मैं भरावां दा, मेरे दोस्तां मित्रां दा, बई गैली सूरिया USA तो है ना, होर बई साडे बरनाले तो आ भाई कन्हैया जी ट्रस्ट, बई पम्मा जी, बई जांटी, होर सारे रणजीत मेरा भरा छोटा मेरे नालों, बई समरान, भरावां दे हौसले नाल मैं तुरिया आ, बाकी मापिया का हौसला सीगा नाल, उन्हां दा आशीर्वाद सीगा, मेरे फादर साहब का, मेरी माँ का, वह कहिंदे सी भी तू डोलना नहीं। वड्डी गल मैं एक होर कहूँगा भी जदों आपां नूं मापे 20-25 साल का पाल के जवान कर सकते आ, रोटी दे सकते आ, तां 11 महीने मेरे प्यो ने यह कहा तू टेंशन ना ले, वधिया खवाऊ, तू डोलना नहीं, चिंता नहीं करनी भी तू कोई पुत, तू तो हुण कमाउण लग्या, मैं तेरा प्यो हाँ भी जिन्हों जानिया उन्होंने बनिया है ना जी। तो मैं सारी दुनिया का धन्यवाद करता जिन्होंने मैं हौसला दिता जी। हाँ जी, हाँ जी, मामे जी, हाँ जी, हाँ जी, मैं फैमिली सारी नू पता ही है, पर मैं ना जो मैनू गरेवाल साहब ने ते बाई जी ने दसिया भी आपां नू ऑर्डर हो गया, मैं इन्हों मिल के मैं फिर पहला दरबार साहब गया मत्था टेकण है ना, कलगीधर पातशाह ने, गुरु नानक देव जी ने मेरी इज्जत रखी है गरीब की, फिर वह चीज़ा भुलना नहीं चाहिए, पहले मैं उत्थे नतमस्तक होया जाके, उस तो बाद मैं अपने रिश्तेदारों सारे दोस्तों मित्रों दसिया भी आपको स्टे मिल गई है जी। हाँ जी, हाँ जी, हसनवान जी हम कदों स्टेज आते नजर आएंगे? बस जदों लोग बुला लेंगे जी। गरेवाल साहब कह के तो हटे भी अपना हूँ कोई पाबंदी नहीं है ना, तो आप पहला भी हलीमी ची सी हूँ भी हाँ।
ਜਿਵੇਂ ਜਿਵੇਂ ਲੋਕ ਪਿਆਰ ਕਰਦੇ ਰਹਿਣਗੇ ਬਈ ਉੱਥੇ ਉੱਥੇ ਪਹੁੰਚਾਂਗੇ।